ਪਾਲ ਵਰਦ ਦੇ ਹੰਬਲ ਆਰਟਿਸਟ ਗਿੱਪੀ ਗਰੇਵਾਲ ਦੀ ਗੱਲ ਕਰੀਏ ਤੇ ਉਹ ਆਉਣ ਵਾਲੀ ਫਿਲਮ ਹਨੀਮੂਨ ਦੀ ਸ਼ੂਟਿੰਗ ਵਿੱਚ ਬੀਜ਼ੀ ਨੇ ਜਿਹਾ ਗਿੱਪੀ ਗਰੇਵਾਲ ਬੈਕ ਟੂ ਬੈਕ ਫਿਲਮ ਆਪਣੇ ਫੈਨਸ ਦੇ ਲਈ ਲੈ ਕੇ ਆਉਣ ਵਾਲੇ ਨੇ ਤੇ ਉਥੇ ਹੀ ਜੇਕਰ ਹਨੀਮੂਨ ਫਿਲਮ ਦੀ ਗੱਲ ਕੀਤੀ ਜਾਵੇ ਤੇ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਫਿਲਮ ਦੇ ਵਿੱਚ ਸਾਨੂੰ ਗਿੱਪੀ ਗਰੇਵਾਲ ਦੇ ਨਾਲ ਨਾਲ ਜੈਸਮੀਨ ਬਸੀਨ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ ਬਲ ਦੂਜੇ ਪਾਸੇ ਗੱਲ ਕੀਤੀ ਜਾਵੇ ਤੇਲਗੂ ਫਿਲਮ ਪੁਸ਼ਪਾ ਦੀ ਤੇ ਅੱਲੂ ਅਰਜੁਨ ਦੀ ਇਸ ਮੂਵੀ ਨੂੰ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ 2021 ਦੇ ਅਖੀਰ ਵਿੱਚ ਰਿਲੀਜ਼ ਇਸੇ ਮੂਵੀ ਦੀ ਲੋਕਪ੍ਰੀਅਤਾ ਹੁਣ ਵੱਧਦੀ ਜਾ ਰਹੀ ਹੈ। ਇਸ ਫਿਲਮ ਨੂੰ ਮਲਿਆਲਮ, ਤਮਿਲ, ਕੰਨੜ ਤੇ ਹਿੰਦੀ ਭਾਸ਼ਾਵਾਂ ਦੇ ਵਿੱਚ ਡੱਬ ਕਰਕੇ ਵੀ ਰਿਲੀਜ਼ ਕੀਤਾ ਗਿਆ ਹੈ। ਇਸ ਫਿਲਮ ਨੂੰ ਡਿਜੀਟਲ ਪਲੇਟਫਾਰਮ Amazon Prime Video ਤੇ ਵੀ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਹੈ ਤੇ ਉੱਥੇ ਹੀ ਇਸੇ ਫਿਲਮ ਦੇ ਇੱਕ ਡਾਇਲੌਗ ਦੀ ਇਸੇ ਫਿਲਮ ਦੇ ਇੱਕ ਸੀਨ ਦੀ ਕਾਪੀ ਕਰਦੇ ਗਿੱਪੀ ਗਰੇਵਾਲ ਤੇ ਜੈਸਮਿਨ ਵਸੀਨ ਸਾਨੂੰ ਇਸ ਵੀਡੀਓ 'ਚ ਨਜ਼ਰ ਆ ਰਹੇ ਨੇ। ਜੈਸਮਿਨ ਨਾਮ ਸੁਣ ਕੇ ਲੱਗਾ ਕਿ ਫਲਾਵਰ ਹੋਗਾ। ਇਹ ਤਾਂ ਲੜਕੀ ਨਿਕਲੀ। ਲੜਕੀ ਨਹੀਂ। ਫਾਇਰ ਹੈ ਇਹ। ਫਾਇਰ। ああ。<music> ਇਨਾ ਦੀ ਜੋੜੀ ਪਹਿਲੀ ਵਾਰ ਸਾਨੂੰ ਔਨ ਸਕਰੀਨ ਨਜ਼ਰ ਆਉਣ ਵਾਲੀ ਹੈ ਜੈਸਮਿਨ ਬਸੀਨ ਜਿਤੇ ਟੀਵੀ ਸੀਰੀਅਲਸ ਦੇ ਜ਼ਰੀਏ ਵੱਡਾ ਨਾਮ ਖੜ ਚੁੱਕੇ ਨੇ ਉੱਥੇ ਹੀ ਬਿਗ ਬਾਸ ਦੇ ਵਿੱਚ ਵੀ ਦਰਸ਼ਕਾਂ ਨੂੰ ਕਾਫੀ ਜ਼ਿਆਦਾ ਇਹਨਾਂ ਨੇ ਇਮਪ੍ਰੈਸ ਕੀਤਾ ਸੀ ਤੇ ਹੁਣ ਜੇਕਰ ਗੱਲ ਕੀਤੀ ਜਾਵੇ ਜੈਸਮਿਨ ਬਸੀਨ ਦੇ ਪੋਲੀਵੁੱਡ ਡੈਬਿਊ ਦੀ ਤੇ ਉਹ ਫਿਲਮ ਹਨੀਮੂਨ ਦੇ ਜ਼ਰੀਏ ਹੋਣ ਵਾਲਾ ਹੈ ਤੇ ਗੀਪੀ ਗਰੇਵਾਲ ਦੇ ਆਪੋਜ਼ਿਟ ਰੋਲ ਫਿਲਮ ਦੇ ਵਿੱਚੋਂ ਨਜ਼ਰ ਆਉਣਗੇ ਵੱਲ ਜਿਵੇਂ ਕੀ ਸੀ ਵੀਡੀਓ ਦੇ ਵਿੱਚ ਵੇਖਿਆ ਕਿ ਕਾਫੀ ਫਨ ਕਰ ਰਹੇ ਨੇ ਤੇ ਕੁਝ ਦਿਨ ਪਹਿਲਾਂ ਵੀ ਸੈੱਟ ਤੋਂ ਕੁਝ ਵੀਡੀਓਜ਼ ਵਾਇਰਲ ਹੋਈਆਂ ਸੀ ਤੇ ਇਸ ਤੋਂ ਇਲਾਵਾ ਜਿਸ ਦਿਨ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਸੀ ਉਸ ਦਿਨ ਵੀ ਮਹੂਰਤ ਸ਼ਾਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸੀ ਜੋ ਕਿ ਇੰਟਰਨੈਟ ਤੇ ਕਾਫੀ ਜ਼ਿਆਦਾ ਵਾਇਰਲ ਹੋਈਆਂ ਹੰਨੀਮੂਨ ਫਿਲਮ ਦੀ ਗੱਲ ਕੀਤੀ ਜਾਵੇ ਤੇ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਅਮਰਪ੍ਰੀਤ ਛਾਬੜਾ ਤੇ ਉਥੇ ਹੀ ਜੇਕਰ ਫਿਲਮ ਦੀ ਰਿਲੀਜ਼ ਡੇਟ ਦੀ ਗੱਲ ਕੀਤੀ ਜਾਵੇ ਤੇ ਫਿਲਹਾਲ ਕੋਈ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਮੇਕਰਸ ਦੇ ਵੱਲੋਂ ਜਿਵੇਂ ਕੋਈ ਜਾਣਕਾਰੀ ਆਉਂਦੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਬਲ ਤੁਸੀਂ ਕਿੰਨੇ ਐਕਸਾਈਟਿਡ ਹੋ ਦੱਸ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਸੋ ਫਿਲਹਾਲ ਦੇ ਲਈ ਬਸ ਇੰਨਾ ਹੀ ਬਾਕੀ ਹੋਰ ਅਪਡੇਟਸ ਦੇ ਲਈ ਫਾਈਵ ਵਡ ਨਿਊਜ਼ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ